ਹਾਂਜੀ ਗੱਲਬਾਤ ਕਰਦੇ ਆ ਆਪਾਂ ਬੀਬੀ ਗੁਰਜੀਤ ਕੌਰ ਜੀ ਦੇ ਨਾਲ ਜਿਨ੍ਹਾਂ ਵੱਲੋਂ ਇਹ ਸਾਈਂ ਸੰਧਿਆ ਕਰਵਾਈ ਜਾ ਰਹੀ ਹੈ ਕਿ ਕੀ ਇਹਨਾਂ ਦਾ ਕਹਿਣਾ ਹੈ। ਹਾਂਜੀ ਨਮਸਕਾਰ ਜੀ। ਨਮਸਕਾਰ ਜੀ। ਪਹਿਲਾਂ ਤਾਂ ਜੀ ਅਮਰਜੀਤ ਧੁਮਾਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ। ਠੀਕ ਹੈ ਜੀ। ਸਾਈਂ ਬਾਬਾ ਦੀ ਸਾਡੇ ਤੇ ਬਹੁਤ ਬਹੁਤ ਕਿਰਪਾ, ਬਹੁਤ ਵਧੀਆ ਕਿਰਪਾ ਜੀ। ਅਸੀਂ 2005 ਤੋਂ ਸਾਈਂ ਬਾਬਾ ਜੀ ਦੇ ਨਾਲ 2005 ਤੋਂ ਸਾਈਂ ਬਾਬਾ ਜੀ ਦੇ ਨਾਲ ਹੈ, ਤੇ ਸਾਡੇ ਤੇ ਬਹੁਤ ਕਿਰਪਾ ਸਾਈਂ ਬਾਬਾ ਜੀ ਦੀ। ਆਪਣਾ ਕੀ ਨਾਮ? ਮੇਰਾ ਨਾਮ ਸੋਨੀਆ। ਜੀ ਤੁਸੀਂ ਕੀ ਕਹੋਗੇ ਸਾਈਂ ਬਾਬਾ ਜੀ ਬਾਰੇ? ਮੈਂ ਤਾਂ ਸਭ ਕੁਛ ਹੀ ਮਤਲਬ ਜੋ ਦਿੱਤਾ ਸਭ ਕੁਛ ਇਹਨਾਂ ਦਾ ਹੀ ਦਿੱਤਾ ਹੋਇਆ ਸੀ। 2005 ਤੋਂ ਬਾਬਾ ਜੀ ਨੇ ਸਾਨੂੰ ਆਪਣੇ ਨਾਲ ਜੋੜਿਆ ਹੋਇਆ। ਅਸੀਂ ਚੰਡੀਗੜ੍ਹ ਰਹਿੰਦੇ ਹਾਂ, ਮਤਲਬ ਚੰਡੀਗੜ੍ਹ ਕੁਰਾਲੀ ਜੋ ਵੀ ਹੈ ਸਭ ਕੁਛ ਇਹਨਾਂ ਦਾ ਹੀ ਹੈ। ਮਤਲਬ ਉੱਥੋਂ ਇੱਥੇ ਤੱਕ ਆਏ ਹਾਂ, ਇੱਥੋਂ ਅੱਗੇ ਗਏ, ਬੱਚਿਆਂ ਨੂੰ ਸਾਰਿਆਂ ਨੂੰ ਸੈਟਲ ਕੀਤਾ, ਸਭ ਕੁਛ ਕੀਤਾ। ਇਹ ਸਭ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋਇਆ। ਮਤਲਬ ਪੂਰੀ ਤਰ੍ਹਾਂ ਡਿਵੋਟੀ ਅਸੀਂ ਹੈਗੇ ਉਹਨਾਂ ਦੇ, ਸ਼ਿਰਡੀ ਵੀ ਅਸੀਂ ਜਾਂਦੇ ਹਾਂ। ਹਾਂਜੀ। ਸੋ ਲਗਭਗ ਕਿੰਨੀ ਵਾਰ ਕਰਵਾ ਚੁੱਕੇ ਹੋ ਤੁਸੀਂ ਇਹ ਸਾਈ? ਚੰਡੀਗੜ੍ਹ ਵੀ ਕਰਵਾਈ ਆ 4-5 ਵਾਰੀ, ਤੇ ਪਲੱਸ ਇੱਥੇ ਕੁਰਾਲੀ ਫਸਟ ਟਾਈਮ। ਕੁਰਾਲੀ ਦੇ ਵਿੱਚ ਅੱਜ ਫਸਟ ਟਾਈਮ? ਫਸਟ ਟਾਈਮ ਹੈ। ਹਾਂਜੀ ਹਾਂਜੀ ਹਾਂਜੀ। ਤੇ ਤੁਹਾਨੂੰ ਇੱਥੇ ਥੋੜਾ ਟਾਈਮ ਹੋਇਆ ਹੈ? ਨਹੀਂ ਨਹੀਂ, ਸਾਨੂੰ ਇੱਥੇ ਥੋੜਾ ਟਾਈਮ ਨਹੀਂ ਹੋਇਆ, ਅਸੀਂ ਇੱਥੋਂ ਹੀ ਰਹਿੰਦੇ ਹਾਂ ਕੁਰਾਲੀ ਦੇ। 2000 ਤੋਂ ਇੱਥੇ ਹੀ ਹੈਗੇ, ਸਾਡੀ ਘਰੇ ਹੁਣ ਘਰ ਹੁਣ ਬਣਿਆ। ਮੇਰੇ ਬ੍ਰਦਰ ਦਾ ਅੱਜ ਬਰਥਡੇ ਹੈ, ਇਸ ਕਰਕੇ ਅਸੀਂ ਇੱਥੇ ਉਹਨਾਂ ਦੇ ਬਰਥਡੇ ਦੇ ਉਹਦੇ ਵਿੱਚ ਅਸੀਂ ਸਾਈਂ ਸੰਧਿਆ ਕਰਾਈ ਆ। ਸੋ ਅੱਜ 15 ਅਗਸਤ ਵੀ ਹੈ, ਸੋ ਆਜ਼ਾਦੀ ਦਿਵਸ ਵੀ ਹੈ, ਇਹਦੇ ਬਾਰੇ ਕੀ ਕਹੋ? ਇੰਡੀਪੈਂਡੈਂਸ ਡੇ ਟੂ ਆਲ, ਸਾਰਿਆਂ ਨੂੰ ਹੈਪੀ ਇੰਡੀਪੈਂਡੈਂਸ ਡੇ। ਹਾਂਜੀ, ਥੈਂਕ ਯੂ ਸੋ ਮਚ।